ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ। ਅੱਜ ਅਸੀਂ 7ਵੀਂ ਕਲਾਸ ਵਿਗਿਆਨ ਦੀ ਵਰਕਸ਼ੀਟ ਪ੍ਰੈਕਟਿਸ ਸ਼ੀਟਾਂ ਜੋ ਨੇ 1 ਤੋਂ 4 ਤੱਕ ਤੁਹਾਡੇ ਲਈ ਉਹ ਸਲਿਊਸ਼ਨ ਲੈ ਕੇ ਆਏ ਹਾਂ। ਤਾਂ ਪਹਿਲੀ ਵਰਕਸ਼ੀਟ ਤੋਂ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਜੀ, ਜਿਹੜੇ ਜੰਤੂ ਮਾਸ ਨਹੀਂ ਖਾਂਦੇ ਭੋਜਨ ਲਈ ਕੇਵਲ ਪੌਦਿਆਂ 'ਤੇ ਨਿਰਭਰ ਹੁੰਦੇ ਆ ਉਹਨੂੰ ਸ਼ਾਕਾਹਾਰੀ ਕਹਿੰਦੇ ਆ। ਦੂਸਰਾ, ਹਰਮਨ ਨੇ ਅਧਿਆਪਕ ਤੋਂ ਸੁਣਿਆ ਕਿ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਆ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਵੈ ਪੋਸ਼ੀ। ਤੀਸਰਾ, ਕੁਝ ਜੰਤੂ ਮਰੇ ਹੋਏ ਜੀਵ ਖਾਂਦੇ ਆ, ਉਹਨਾਂ ਨੂੰ ਕਹਿੰਦੇ ਆ ਮ੍ਰਿਤ ਜੀਵੀ ਪੋਸ਼ਣ, ਇਹ ਤਾਂ ਦੂਸਰਾ ਆਏਗਾ। ਚੌਥਾ ਪ੍ਰਸ਼ਨ, ਮਨੁੱਖੀ ਸਰੀਰ 'ਚ ਮੌਜੂਦ ਲੰਬੀ ਨਲੀ ਜੋ ਮੂੰਹ ਤੋਂ ਸ਼ੁਰੂ ਹੋ ਕੇ ਗੁਦਾ ਤੱਕ ਜਾਂਦੀ ਹੈ, ਉਹਨੂੰ ਤਾਂ ਵੈਸੇ ਅਸੀਂ ਐਲੀਮੈਂਟਰੀ ਕਨਾਲ ਕਹਿ ਦਿੰਦੇ ਹਾਂ, ਪਰ ਇਹਦਾ ਆਮ ਬਣ ਜਾਂਦਾ ਭੋਜਨ ਨਲੀ। ਪਹਿਲਾ ਚੌਥੇ ਦਾ ਆਏਗਾ। ਪੰਜਵਾਂ, ਅਧਿਆਪਕ ਨੇ ਜਮਾਤ ਵਿੱਚ ਕਿਰਿਆ ਦੌਰਾਨ ਉਬਲੇ ਹੋਏ ਚਾਵਲਾਂ 'ਚ ਆਇਓਡੀਨ ਦਾ ਘੋਲ ਪਾਇਆ ਅਤੇ ਇਸ ਦੇ ਰੰਗ ਦਾ ਪਰਿਵਰਤਨ ਕੀ ਆਏਗਾ, ਨੀਲਾ ਜਾਂ ਕਾਲਾ? ਦੂਸਰਾ, ਉਬਲੇ ਹੋਏ ਚਾਵਲ ਨੂੰ ਮੂੰਹ ਵਿੱਚ ਚਬਾਉਣ ਨਾਲ ਲਾਰ ਨਾਲ ਮਿਲਾ ਕੇ ਸਟਾਰਚ ਜੋ ਕਾਚ ਬਦਲ ਜਾਂਦੀ ਹੈ ਗਲੂਕੋਜ, 6ਵੇਂ ਦਾ। ਦੂਸਰਾ, 7ਵਾਂ, ਸਾਡੇ ਸਰੀਰ ਵਿੱਚ ਸਭ ਤੋਂ ਸਖਤ ਪਦਾਰਥ ਕਿਹੜਾ? ਇਨੈਮਲ, 7ਵੇਂ ਦਾ। ਦੂਸਰਾ, ਮੈਦੇ ਦੀਆਂ ਅੰਦਰਲੀਆਂ ਪਰਤਾਂ ਕਿਸ ਦਾ ਰਿਸਾਬ ਕਰਦੀਆਂ? 8ਵਾਂ ਪ੍ਰਸ਼ਨ, ਇਹਦਾ ਜੋ ਸਾਡਾ ਸਹੀ ਜਵਾਬ ਹੈ ਉਹ ਆਏਗਾ ਉਪਰੋਕਤ ਸਾਰੇ। ਇਹ 'ਚ ਹਾਈਡਰੋਕਲੋਰਿਕ ਐਸਿਡ, ਪਾਚਕ ਰਸ, ਮਿਊਕਸ ਇਹ ਸਾਰੇ ਬਣਦੇ ਆ, ਠੀਕ ਹੈ ਜੀ। ਉਹਦੇ ਬਾਅਦ ਅਸੀਂ ਨੈਕਸਟ ਪ੍ਰਸ਼ਨ ਇਹਦੇ ਦੇਖ, 9ਵਾਂ ਪ੍ਰਸ਼ਨ ਹੈ, ਮੈਦੇ ਦੇ ਹੇਠਾਂ ਸਥਿਤ ਭੂਰੇ ਰੰਗ ਦੇ ਪੱਤੇ ਆਕਾਰ ਦੀ ਗ੍ਰੰਥੀ ਨੂੰ ਕੀ ਕਿਹਾ ਜਾਂਦਾ? ਲੂਬਾ। ਦੂਸਰਾ, 10ਵਾਂ, ਤੁਸੀਂ ਘਾਹ ਖਾਣ ਵਾਲੇ ਜੀਵਾਂ ਨੂੰ ਜਗਾਲੀ ਕਰਦੇ ਦੇਖਿਆ ਤਾਂ ਇਹਨਾਂ ਦੇ ਮੈਦੇ ਦੇ ਕਿੰਨੇ ਖਾਨੇ ਹੁੰਦੇ ਆ? 4। ਭੋਜਨ ਪ੍ਰਾਪਤ ਕਰਨ ਲਈ ਕਿਰਿਆ ਦੇ ਵੱਖ ਵੱਖ ਪੜਾਅ ਕਿਹੜੇ ਆ? ਸਭ ਤੋਂ ਪਹਿਲੇ ਭੋਜਨ, ਇਹਦਾ ਦੂਸਰਾ ਹੈਗਾ ਗ੍ਰਹਿਣ ਕਰਨਾ, ਫਿਰ ਉਹਦਾ ਪਾਚਨ, ਫਿਰ ਸੋਖਣਾ, ਫਿਰ ਸਵੈ ਅੰਗੀਕਰਨ ਅਤੇ ਨਿਕਾਸ। 12ਵਾਂ ਪ੍ਰਸ਼ਨ ਦੇਖੋ, ਕੱਲ੍ਹ ਜਮਾਤ ਵਿੱਚ ਜੀਵਾਂ ਬਾਰੇ ਦੱਸਦੇ ਹੋਏ ਅਧਿਆਪਕ ਨੇ ਇੱਕ ਅਜਿਹੇ ਜੀਵ ਬਾਰੇ ਦੱਸਿਆ ਜੋ ਸਵੈ ਪੋਸ਼ਣ ਅਤੇ ਪਰ ਪੋਸ਼ਣ ਦੋਵੇਂ ਕਰ ਸਕਦਾ, ਉਹਨੂੰ ਕੀ ਕਿਹਾ ਜਾ ਸਕਦਾ? ਯੁਗਲੀਨਾ, ਠੀਕ ਹੈ। 12ਵੇਂ, ਦੂਸਰਾ, ਉਸ ਹਰੇ ਵਰਨਕ ਦਾ ਨਾਮ ਕੀ ਹੈ ਜੋ ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਸੂਰਜੀ ਊਰਜਾ ਸੋਖਦਾ ਹੈ? ਕਲੋਰੋਫਿਲ। 13ਵੇਂ ਦਾ ਪਹਿਲਾ, ਸਾਡੇ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ ਅਤੇ ਰਿਸਾਵ ਕਿਹੜਾ ਕਰਦੀ ਹੈ? ਪਦੀ ਸਭ ਤੋਂ ਵੱਡੀ ਗ੍ਰੰਥੀ ਹੈ ਜਿਗਰ, ਜਿਗਰ ਰਸ ਦਿੰਦੀ ਹੈ। 15ਵਾਂ, ਸਾਡੇ ਪਿੰਡ ਚੱਕ ਮੈਂ ਕਈ ਪੌਦਿਆਂ ਅਤੇ ਧਾਗਿਆਂ ਵਰਗੀਆਂ ਬੇਲਾਂ ਦੇਖੀਆਂ ਜਿਸ ਨੇ ਪੌਦੇ ਨੂੰ ਤੁਰੀ ਤਾਂ ਢੱਕ ਲਿਆ ਹੈ, ਸੋ ਇਹਦੇ ਵਿੱਚ ਕੀ ਆਏਗਾ ਇਹਦਾ ਨਾਮ ਜਿਹੜਾ ਪੂਰੀ ਤਰ੍ਹਾਂ ਪੌਦੇ ਨੂੰ ਢੱਕ ਲੈਂਦੀ ਆਏਗਾ? ਅਮਰਵੇਲ। ਤੀਸਰਾ, ਠੀਕ ਹੈ ਜੀ। ਉਹਦੇ ਬਾਅਦ ਅਸੀਂ ਵਰਕਸ਼ੀਟ ਨੰਬਰ 2 'ਤੇ ਆਉਂਦੇ ਹਾਂ, ਪ੍ਰੈਕਟਿਸ ਸ਼ੀਟ ਨੰਬਰ 2। ਇੱਕ ਮਿੰਟ ਇਹਨੂੰ ਜ਼ੂਮ ਕਰਦੇ ਹਾਂ। ਹਾਂਜੀ, ਇਹਦੇ ਵਿੱਚ ਅਸੀਂ ਪਹਿਲਾ ਪ੍ਰਸ਼ਨ ਦੇਖਦੇ ਹਾਂ। ਸੋ ਇਹਦਾ ਪਹਿਲਾ ਹੈ ਜੀ, ਕੱਲ੍ਹ ਮੈਂ ਜੰਗਲ ਵਿੱਚ ਘੁੰਮਦੇ ਹੋਏ ਬਹੁਤ ਅਜੀਬ ਪੌਦੇ ਦੇਖੇ ਜੋ ਕੀੜਾ ਖਾਂਦਾ ਹੈ। ਸੋ ਇਹਦੇ ਵਿੱਚ ਘੜਾ ਬੂਟੀ ਦਾ ਉੱਤਰ ਆਏਗਾ, ਜੋ ਕੀੜਿਆਂ ਨੂੰ ਖਾਣ ਵਾਲਾ ਪੌਦਾ ਹੈ। ਉਹ ਕਿਹੜਾ ਅਜੀਬ ਜੋ ਫਲੀਦਾਰ ਪੌਦਿਆਂ ਦੀ ਜੜ੍ਹਾਂ ਦੀ ਗੰਢਾਂ 'ਚ ਪਾਇਆ ਜਾਂਦਾ ਹੈ? ਬੈਕਟੀਰੀਆ ਹੁੰਦਾ, ਰਾਈਜ਼ੋਬੀਅਮ। ਦੂਸਰਾ, ਇਮਲੀ ਵਿੱਚ ਕਿਹੜਾ ਕੁਦਰਤੀ ਪਦਾਰਥ ਪਾਇਆ ਜਾਂਦਾ ਹੈ? ਸਿਟਰਿਕ, ਲੈਕਟਿਕ ਐਸਟਿਕ ਜਾਂ ਟਾਰਟੈਰਿਕ? ਟਾਰਟੈਰਿਕ ਆਏਗਾ। ਚੌਥਾ,
ਮਿਲਕ ਆਫ ਮੈਗਨੀਸ਼ੀਆ ਕਿਹੜਾ ਖਾਰ ਮੌਜੂਦ ਹੁੰਦਾ? ਮੈਗਨੀਸ਼ੀਅਮ ਹਾਈਡ੍ਰੋਕਸਾਈਡ, ਚੌਥੇ ਦਾ ਦੂਸਰਾ। ਪੰਜਵਾਂ, ਇੱਕ ਕਿਰਿਆ ਦੌਰਾਨ ਮਿੱਠੇ ਸੋਡੇ ਦਾ ਘੋਲ ਲਿਆ, ਜਿਸ ਦਾ ਘੋਲ ਲਾਲ ਅਤੇ ਨੀਲੇ ਲਿਟਮਸ ਪੇਪਰ 'ਤੇ ਕੀ ਪ੍ਰਭਾਵ ਪਾਏਗਾ? ਕਿਉਂਕਿ ਮਿੱਠਾ ਸੋਡਾ ਹੈ, ਇਹਦੇ ਵਿੱਚ ਇਹਦਾ ਕਲਰ ਨੀਲਾ ਹੋਣਾ ਹੈ ਲਿਟਮਸ ਦਾ, ਤੋ ਲਾਲ ਲਿਟਮਸ ਪੇਪਰ ਜਿਹੜਾ ਨੀਲੇ 'ਚ ਬਦਲ ਜਾਏਗਾ, ਇਹਦਾ ਆਏਗਾ ਪਹਿਲਾ। ਸੇਮਾ ਰਾਮ ਕੱਲ੍ਹ ਇੱਕ ਵਿਆਹ ਗਿਆ ਜਿੱਥੇ ਉਸਨੇ ਸਵਾਦ ਸਵਾਦ ਵਿੱਚ ਜ਼ਿਆਦਾ ਭੋਜਨ ਖਾ ਲਿਆ। ਸ਼ਾਮ ਨੂੰ ਉਸਦੇ ਪੇਟ ਵਿੱਚ ਦਰਦ ਹੋਈ ਅਤੇ ਜਲਣ ਸ਼ੁਰੂ ਹੋਈ। ਉਹਦਾ ਕਰਨ ਲਈ ਉਹਨੇ ਕੀ ਲਿਆ? ਸਿਰਾ ਫਿਰ ਮਿੱਠਾ ਸੋਡਾ, ਇਨੋ, ਮੈਗਨੀਸ਼ੀਅਮ ਹਾਈਡ੍ਰੋਕਸਾਈਡ, ਸਾਰੇ ਆ ਜਾਣਗੇ। ਇੱਕ ਕਿਸਾਨ ਨੇ ਆਪਣੇ ਖੇਤ ਦੀ ਮਿੱਟੀ ਦੀ ਪ੍ਰਕਰਾਣ ਉਪਰੰਤ ਪਤਾ ਕੀਤਾ ਕਿ ਖੇਤ ਦੀ ਮਿੱਟੀ ਤੇਜ਼ਾਬੀ ਹੈ। ਪੌਦਿਆਂ ਦੇ ਸਹੀ ਵਾਧੇ ਲਈ ਖੇਤ ਵਿੱਚ ਕੀ ਮਿਲਾਉਣਾ ਜ਼ਰੂਰੀ ਹੈ? ਚੂਨਾ, DAP, ਯੂਰੀਆ, ਜੈਵਿਕ ਖਾਦ। ਸੋ ਇਹਦੇ ਵਿੱਚ ਫਿਰ ਉਹ ਚੂਨਾ ਮਿਲਾਏਗਾ, ਸੱਤਵੇਂ ਦਾ ਪਹਿਲਾ। ਅੱਠਵਾਂ, ਕਿਹੜਾ ਪੋਸ਼ਕ ਤੱਤ ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ ਜ਼ਰੂਰੀ ਹੈ? ਹੱਡੀਆਂ ਲਈ ਕੈਲਸ਼ੀਅਮ ਆਏਗਾ। ਨੌਵਾਂ, ਗੰਡੋਏ ਸਾਹ ਕਿਰਿਆ ਲਈ ਕਿਹੜੇ ਅੰਗ ਦੀ ਵਰਤੋਂ ਕਰਦੇ ਆ? ਗੰਡੋਏ ਸਾਹ ਜੋ ਹੈ ਚਮੜੀ ਰਾਹੀਂ ਲੈਂਦੇ ਆ। ਨੌਵੇਂ ਦਾ ਆਏਗਾ ਜੀ ਪਹਿਲਾ, ਠੀਕ ਹੈ ਜੀ। ਇਸੇ ਤਰ੍ਹਾਂ ਅਸੀਂ ਦਸਵਾਂ ਦੇਖਦੇ ਹਾਂ। ਪੱਤੇ ਪੌਦੇ ਲਈ ਭੋਜਨ ਦਾ ਕਾਰਖਾਨਾ ਹੈ, ਇਹ ਕੈਕਟਸ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਿਸ ਰਾਹੀਂ ਹੁੰਦੀ ਹੈ? ਕੈਕਟਸ ਦੇ ਵਿੱਚ ਤਣੇ ਰਾਹੀਂ ਹੁੰਦੀ ਹੈ, ਕਿਉਂਕਿ ਉਹਦੇ ਜਿਹੜੇ ਪੱਤੇ ਆ ਉਹ ਸੂਣਾ ਬਣ ਜਾਂਦੇ ਆ। ਗਿਆਰਵਾਂ, ਕਸਰਤ ਕਰਨਾ, ਦੌੜਨ, ਸਾਈਕਲ ਚਲਾਉਣ ਸਮੇਂ ਸਰੀਰ ਦੀ ਊਰਜਾ ਦੀ ਮੰਗ ਵੱਧ ਜਾਂਦੀ ਹੈ, ਇਹਦੇ ਵਿੱਚ ਮਾਸਪੇਸ਼ੀਆਂ 'ਚ ਕਿਹੜਾ ਐਸਿਡ ਬਣ ਜਾਂਦਾ ਹੈ? ਉਹ ਬਣ ਜਾਂਦਾ ਜੀ ਤੁਹਾਡਾ ਲੈਕਟਿਕ ਐਸਿਡ, ਇਹਦੇ ਨਾਲ ਦਰਦਾਂ ਸ਼ੁਰੂ ਹੋ ਜਾਂਦੀਆਂ। ਬਾਰਵਾਂ, ਅਸੀਂ ਉਬਾਸੀ ਲੈਂਦੇ ਕਦੋਂ ਲੈਂਦੇ ਹਾਂ? ਜਦੋਂ ਕਸਰਤ ਕੀਤੀ ਹੈ, ਜਦੋਂ ਬਹੁਤ ਜ਼ਿਆਦਾ ਖੁਸ਼ ਹੋਈਏ, ਜਦੋਂ ਥੱਕੇ ਟੁੱਟੇ ਹੋਏ, ਤਾਂ ਜਦੋਂ ਭਾਰਾ ਕੰਮ ਕਰੀ, ਜਦੋਂ ਥੱਕੇ ਹੋਈਏ। ਤੇਰਵਾਂ, ਮੱਛੀ ਵਰਗੇ ਜਲੀ ਜੀਵ ਪਾਣੀ ਵਿੱਚ ਘੁਲੀ ਆਕਸੀਜਨ ਕਿਵੇਂ ਪ੍ਰਾਪਤ ਕਰਦੇ ਆ? ਤੇਜ਼ੀ ਨਾਲ ਸਾਹ ਲੈ ਕੇ, ਹੌਲੀ ਸਾਹ ਲੈ ਕੇ, ਸਤਾ 'ਤੇ ਆ ਕੇ, ਅਤੇ ਇਹਨਾਂ ਵਿੱਚੋਂ ਕੋਈ ਨਹੀਂ। ਉਹ ਬੇਸਿਕਲੀ ਕਰਦੇ ਆ ਜੀ, ਤੇਜ਼ੀ ਨਾਲ ਸਾਹ ਸਤਾ 'ਤੇ ਆ ਕੇ ਕਰਦੇ ਆ, ਤਾਂ ਤੀਸਰਾ ਆਏਗਾ। ਚੌਦਵਾਂ, ਕਿਹੜੇ ਪੌਦੇ ਪ੍ਰਕਾਸ਼ ਸੰਸਲੇਸ਼ਣ ਲਈ ਜੜ੍ਹਾਂ ਰਾਹੀਂ ਮਿੱਟੀ ਵਿੱਚੋਂ ਕੀ ਸੋਖਦੇ ਆ? ਪਾਣੀ, ਆਕਸੀਜਨ, ਖਣਿਜ, ਸਾਰੇ ਆਏਗਾ। 15ਵੇਂ ਡਾਇਗ੍ਰਾਮ ਦੇ ਵਿੱਚ ਪਹਿਲਾ ਅਤੇ ਦੂਜਾ ਕੀ ਹੈ? ਪਹਿਲਾ ਜੋ ਹੈ, ਦੂਜਾ ਇਹਦੇ ਵਿੱਚ ਇੱਕ ਕਲੋਰੋਪਲਾਸਟ ਹੈ, ਇੱਕ ਕੇਂਦਰਕ ਹੈ, ਇਹਦਾ ਆਏਗਾ 15ਵੇਂ ਦਾ ਪਹਿਲਾ। ਸੋ ਇਹ ਸੀ ਜੀ ਵਰਕਸ਼ੀਟਾਂ, ਪਹਿਲੀ ਅਤੇ ਦੂਸਰੀ। ਹੁਣ ਤੀਸਰੀ 'ਤੇ ਆਉਂਦੇ ਹਾਂ, ਪ੍ਰੈਕਟਿਸ ਸ਼ੀਟ ਤੀਸਰੀ 'ਤੇ ਆ ਜਾਓ। ਹੇਠ ਦਿੱਤਿਆਂ ਵਿੱਚੋਂ ਕਿਹੜੇ ਖੂਨ ਦੇ ਹਿੱਸੇ ਹਨ? ਪਲਾਜ਼ਮਾ, ਪਲੇਟਲੈਟਸ, ਮਾਸਪੇਸ਼ੀਆਂ। ਪਲਾਜ਼ਮਾ, ਪਲੇਟਲੈਟ, ਖੂਨ ਦੇ ਸੈਲੇ। ਦੂਸਰਾ ਆਏਗਾ, ਖੂਨ ਵਿੱਚ ਪਲੇਟਲੈਟਸ ਦੀ ਭੂਮਿਕਾ ਕੀ ਹੈ? ਖੂਨ ਨੂੰ ਜੰਮਣ 'ਚ ਮਦਦ ਕਰਨਾ। ਖੂਨ ਦਾ ਲੰਗ ਰਾਲ ਕਿਸ ਕਾਰਨ ਹੁੰਦਾ ਹੈ ਜੀ? ਹੀਮੋਗਲੋਬਿਨ। ਤੀਸਰਾ ਆਏਗਾ। ਚੌਥਾ, ਆਕਸੀਜਨ ਭਰਪੂਰ ਖੂਨ ਫੇਫੜਿਆਂ ਤੋਂ ਦਿਲ ਤੱਕ ਪਹੁੰਚਾਉਣ ਲਈ ਕਿਹੜਾ ਜ਼ਿੰਮੇਵਾਰ ਹੈ? ਫੇਫੜਾ, ਧਮਨੀ, ਫੇਫੜਾ, ਸਿਰਾ। ਫੇਫੜਾ, ਸਿਰਾ ਆਏਗੀ, ਕਿਉਂਕਿ ਦਿਲ ਤੱਕ ਲੈ ਕੇ ਜਾਂਦੀ ਹੈ। ਲਾਲ ਰੋਹੂ ਸੈੱਲ ਕਿਹੜੇ ਹਿੱਸੇ ਵਿੱਚ ਹੀਮੋਗਲੋਬਿਨ ਹੁੰਦਾ ਹੈ? ਸੈੱਲ ਚਿੱਲੀ, ਪਲਾਜ਼ਮ, ਨਿਊਕਲੀਅਸ। ਲਾਲ ਰੰਗ ਕਿਹੜੇ ਹਿੱਸੇ ਵਿੱਚ ਹੀਮੋਗਲੋਬਿਨ ਹੁੰਦਾ ਹੈ? ਸਾਈਟੋਪਲਾਜ਼ਮ, ਨਿਊਕਲੀਅਸ। ਸਾਈਟੋਪਲਾਜ਼ਮ ਆਏਗਾ ਜੀ ਇਹਦਾ। ਮਨੁੱਖੀ ਦਿਲ ਕਿੰਨੇ ਖਾਨਿਆਂ ਵਿੱਚ ਵੰਡਿਆ ਹੁੰਦਾ? ਚਾਰ। ਸੱਤਵਾਂ ਪ੍ਰਸ਼ਨ ਦੇਖੋ, ਦਿਲ ਵਿੱਚ ਮੌਜੂਦ ਬਾਲਬ ਦਾ ਕੰਮ ਕੀ ਹੈ? ਲਹੂ ਨੂੰ ਕੇਵਲ ਇੱਕ ਦਿਸ਼ਾ ਵਿੱਚ ਲੈ ਕੇ ਜਾਣਾ, ਲਹੂ ਨੂੰ ਪਿੱਛੇ ਪਰਤਣ ਤੋਂ ਰੋਕਣਾ, ਇਹ ਦੋਨੇ ਹੀ ਆਉਂਦੇ ਆ। ਤੀਸਰਾ ਆਏਗਾ ਤਾਂ, ਮਨੁੱਖੀ ਦਿਲ ਆਮ ਤੌਰ 'ਤੇ ਕਿੰਨੀ ਵਾਰ ਧੜਕਦਾ ਹੈ? ਇਹ ਧੜਕੇਗਾ ਜੀ 60 ਤੋਂ 70 ਤੱਕ ਹੋ ਜਾਂਦਾ। ਤੋ ਬੇਸਿਕਲੀ
72 ਤੋਂ 80 ਤੱਕ ਇਹਨੂੰ ਮੰਨ ਸਕਦੇ ਹਾਂ ਸਹੀ। ਮਨੁੱਖੀ ਗੁਰਦੇ ਦਾ ਜੋ ਆਕਾਰ ਕਿਹੋ ਜਿਹਾ ਹੈ, 9ਵੇਂ ਦਾ ਆਏਗਾ ਜੀ ਰਾਜਮਾਂਹ ਵਰਗਾ ਪਹਿਲਾ, 10ਵਾਂ ਬਨੌਟੀ ਗੁਰਦੇ ਰਾਹੀਂ ਖੂਨ ਵਿੱਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ ਜੀ, ਬਨੌਟੀ ਗੁਰਦੇ ਨੂੰ ਡਾਇਲਿਸਿਸ ਕਰਨਾ, ਠੀਕ ਹੈ ਜੀ। 11ਵਾਂ ਪੌਦਿਆਂ ਵਿੱਚ ਪਦਾਰਥਾਂ ਦਾ ਪ੍ਰਵਹਿਣ ਮੁੱਖ ਤੌਰ 'ਤੇ ਕੀ ਕੰਮ ਹੈ, ਭੋਜਨ ਵਾਸ਼ਵ ਕਰਨਾ, ਖਣਿਜ ਅਤੇ ਪਾਣੀ ਅਤੇ ਖਣਿਜ ਦਾ ਪ੍ਰਵਹਿਣ, 11ਵੇਂ ਦਾ ਤੀਸਰਾ। 12ਵਾਂ ਪੱਤਿਆਂ ਵਿੱਚ ਤਿਆਰ ਹੋਏ ਭੋਜਨ ਪਦਾਰਥਾਂ ਨੂੰ ਪੌਦੇ ਦੇ ਭਾਗਾਂ ਤੱਕ ਪਹੁੰਚਾਉਣ ਲਈ ਕਿਰਿਆ ਕੀ ਹੈ, ਵਾਸ਼ਵੀਕਰਨ, ਸਾਹ ਕਿਰਿਆ ਨੂੰ ਕਹਿੰਦੇ ਸਥਾਨਾਂਤਰਨ, ਟ੍ਰਾਂਸਲੋਕੇਸ਼ਨ। 12ਵੇਂ ਦਾ ਚੌਥਾ, ਹੇਠ ਲਿਖਿਆਂ ਵਿੱਚੋਂ ਕਿਹੜੀਆਂ ਵੈਣੀਆਂ ਦੀਆਂ ਵਿਸ਼ੇਸ਼ਤਾਵਾਂ ਹਨ, ਮ੍ਰਿਤ ਸੈੱਲ ਹਨ, ਜੀਵਿਤ ਸੈੱਲ ਹਨ, ਜੜ੍ਹਾਂ 'ਚ ਹੁੰਦੇ ਆ, ਪੱਤਿਆਂ 'ਚ ਹੁੰਦੇ ਆ? ਸੋ ਇਹ ਜੀਵਿਤ ਸੈੱਲ ਜੜ੍ਹਾਂ 'ਚ ਹੁੰਦੇ ਆ, ਜਿਹੜੀਆਂ ਵਹਿਣੀਆਂ ਵੈਸਲਸ ਪੱਤਿਆਂ 'ਚ ਹੁੰਦੇ ਆ। ਸੋ ਇਹ ਬੇਸਿਕਲੀ ਜੀਵਿਤ ਸੈੱਲ ਹੁੰਦੇ ਆ, ਦੂਸਰਾ ਸਹੀ ਹੈ। ਪ੍ਰਾਸਰਣ ਕੀ ਹੈ, ਵੱਧ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਜਾਣਾ, ਘੱਟ ਸੰਘਣਤਾ ਤੋਂ ਵੱਧ, ਵੱਧ ਤੋਂ ਘੱਟ ਵੱਲ। 15ਵਾਂ, ਪੌਦੇ ਸੈੱਲ ਦਾ ਕਿਹੜਾ ਭਾਗ ਪ੍ਰਵਹਣ ਲਈ ਜ਼ਿੰਮੇਵਾਰ ਹੈ, ਸੈੱਲ ਕੰਧ, ਸੈੱਲ ਝਿੱਲੀ, ਸੈੱਲ ਦ੍ਰਵ, ਸੈੱਲ ਵਾਲ ਆਏਗਾ 15ਵੇਂ ਦਾ ਪਹਿਲਾ। ਸੋ ਇਹ ਸੀ ਜੀ ਵਰਕਸ਼ੀਟ 3। ਉਹਦੇ ਬਾਅਦ ਅਸੀਂ ਹੁਣ ਪ੍ਰੈਕਟਿਸ ਸ਼ੀਟ ਨੰਬਰ 4 'ਤੇ ਆਉਂਦੇ ਹਾਂ। ਨਿਮਨਲਿਖਤ ਵਿੱਚੋਂ ਕਿਹੜਾ ਜੀਵ ਵਿਖੰਡਨ ਦੁਆਰਾ ਪ੍ਰਜਨਨ ਕਰਦਾ, ਮਨੁੱਖ, ਜਾਨਵਰ, ਕਾਈ? ਕਾਈ ਆਏਗਾ ਜੀ। ਸ਼ਕਰਗੰਧੀ ਕਾਇਕ ਪ੍ਰਜਨਨ ਕਿਹੜੇ ਹੁੰਦਾ ਹੈ, ਜੜ੍ਹ ਰਾਹੀਂ। ਬਰਾਇਓਫਾਈਲਮ 'ਚ ਕਿਹੜੇ ਤਰੀਕੇ ਨਾਲ ਪ੍ਰਜਨਨ ਹੁੰਦਾ, ਪੱਤੇ ਰਾਹੀਂ। ਤੀਸਰਾ, ਦੂਸਰਾ, ਹੇਠ ਲਿਖਿਆਂ ਵਿੱਚੋਂ ਲਿੰਗੀ ਪ੍ਰਜਨਨ ਦੇ ਕਿੰਨੇ ਤਰੀਕੇ ਆ, ਬੇਸਿਕਲੀ ਇਹਦੇ ਵਿੱਚ 6 ਤਰੀਕੇ ਹੁੰਦੇ ਆ। ਰਾਜੋਪਸ ਕਿਸ ਵਿਧੀ ਨਾਲ ਪ੍ਰਜਨਨ ਕਰਦਾ ਹੈ, ਕਲੀਆਂ ਰਾਹੀਂ। ਰਾਜੋਪਸ ਇੱਕ ਫੰਗਸ ਹੈ, ਇਹ ਬੀਜਾਣੂ ਰਾਹੀਂ ਕਰੇਗਾ। 5ਵੇਂ ਦਾ ਚੌਥਾ, ਕਣਕ ਪੌਦੇ ਦੇ ਬਲਬ ਵਰਗੇ ਵਾਧੇ ਰਾਹੀਂ ਪ੍ਰਜਨਨ ਕਰਨ ਦੀ ਵਿਧੀ ਨੂੰ ਕੀ ਕਿਹਾ ਜਾਂਦਾ, ਜਣਕ ਪੌਦੇ ਦੇ ਕਲੀਆਂ ਰਾਹੀਂ। 6ਵੇਂ ਦਾ ਤੀਸਰਾ, 7ਵਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਕਿਰਾਇਕ ਪ੍ਰਜਨਨ ਦਾ ਲਾਭ ਨਹੀਂ ਹੈ, ਲਾਭ ਵੱਧ ਸਮੇਂ ਵਿੱਚ ਪੌਦੇ ਤਿਆਰ ਕਰਨਾ ਵੱਧ ਸਮੇਂ ਦਾ ਹੈ, ਘੱਟ ਸਮੇਂ 'ਚ ਹੁੰਦੇ, ਇਹ ਗਲਤ ਹੈ। 8ਵਾਂ, ਪਰਾਗਣ ਕੀ ਹੈ, ਪਰਾਗਣ ਇੱਕ ਕਿਰਿਆ ਵਿੱਚ ਪਰਾਗਣ ਕਰਾਂ, ਸਥਾਨ ਅੰਤਰਨ, ਪਰਾਗੋਸ਼ ਤੋਂ ਪਰਾਗ ਕਣ ਗ੍ਰਹਿਣੀ ਤੱਕ, ਪੋਲੀਨੇਸ਼ਨ ਜਿਹਨੂੰ ਕਹਿੰਦੇ ਆ। 8ਵੇਂ ਦਾ ਤੀਸਰਾ, ਹੇਠ ਲਿਖਿਆਂ ਵਿੱਚੋਂ ਕਿਹੜਾ ਪਰਾਗਣ ਕਾਰਕ ਹੈ, ਹਵਾ, ਮਿੱਟੀ, ਮੱਖੀ ਜਾਂ ਸਾਰੇ? ਇਹਨਾਂ ਸਾਰਿਆਂ ਨਾਲ ਹੀ ਪਰਾਗਣ ਜਿਹੜੇ ਆ ਫੁੱਲ ਤੱਕ ਪਹੁੰਚਦੇ ਆ। 10ਵਾਂ, ਫੁੱਲ ਦੇ ਕਿਹੜੇ ਭਾਗ ਵਿੱਚ ਪਰਾਗਣ ਹੁੰਦੇ ਆ, ਰੰਗਦਾਰ ਪੱਤੀਆਂ, ਹਰੀ ਪੱਤੀਆਂ, ਪੁੰਕੇਸਰ? ਤੀਸਰਾ ਆਏਗਾ 10ਵੇਂ ਦਾ। 11ਵਾਂ ਪ੍ਰਸ਼ਨ ਦੇਖੋ ਜੀ, 11ਵਾਂ ਇਹਦੇ ਵਿੱਚ ਮਿਸਪ੍ਰਿੰਟ ਹੈ। 12ਵਾਂ, ਬੀਜ ਦੀ ਸੁਰੱਖਿਅਕ ਪਰਤ ਨੂੰ ਕੀ ਕਿਹਾ ਜਾਂਦਾ, ਬੀਜ ਦੇ ਛਿਲਕੇ, ਫੁੱਲ ਕੰਧ, ਭਰੂਣ ਅਤੇ ਡੰਡੀ, ਇਹਨੂੰ ਬੀਜ ਦੇ ਛਿਲਕੇ ਕਿਹਾ ਜਾਂਦਾ। ਇਹਨਾਂ ਵਿੱਚੋਂ ਕਿਹੜੀ ਬੀਜ ਖਿਲਣ ਦੀ ਵਿਧੀ ਨਹੀਂ ਹੈ, ਹਵਾ ਰਾਹੀਂ, ਪਾਣੀ ਰਾਹੀਂ, ਜੀਵਾਂ ਰਾਹੀਂ, ਸੂਰਜ ਰਾਹੀਂ? 14ਵਾਂ, ਇਹਨਾਂ ਵਿੱਚੋਂ ਕਿਹੜੇ ਫਲ ਦਾ ਬੀਜ ਵਿਸਫੋਟ ਪ੍ਰਕਿਰਿਆ ਰਾਹੀਂ ਖਿਲਰਦਾ ਹੈ, ਅੰਬ, ਸੇਬ, ਬਦਾਮ ਜਾਂ ਅਰਿੰਡ? ਅਰਿੰਡ ਦਾ ਆਏਗਾ 4ਵਾਂ। ਇਹਨਾਂ ਵਿੱਚੋਂ ਕਿਹੜਾ ਕਾਇਕ ਪ੍ਰਜਨਨ ਦਾ ਬਨੌਟੀ ਢੰਗ ਹੈ, ਤਣੇ ਦੀਆਂ ਕਲਮਾਂ ਲਗਾਉਣਾ, ਜੜ੍ਹਾਂ ਦੀਆਂ ਕਲਮਾਂ, ਪਿਉਂਦ? ਇਹ ਸਾਰੇ ਹੀ ਬਨੌਟੀ ਢੰਗ ਹੈ। ਸੋ ਉਮੀਦ ਕਰਦਾ ਤੁਹਾਨੂੰ ਇਹ ਚਾਰੇ ਦੀ ਚਾਰਾਂ ਪ੍ਰੈਕਟਿਸ ਸ਼ੀਟ ਸਮਝ ਆ ਗਈਆਂ ਹੋਣਗੀਆਂ। ਅਗਲੇ ਵੀਡੀਓ ਵਿੱਚ ਅਸੀਂ 8ਵੀਂ ਕਲਾਸ ਵਿਗਿਆਨ ਦੀਆਂ ਵਰਕਸ਼ੀਟਾਂ ਕਰਵਾਵਾਂਗੇ। ਤਦ ਤੱਕ ਲਈ ਧੰਨਵਾਦ, ਬੈਸਟ ਆਫ ਲੱਕ।